ਬਹੁਤੀ ਉਹਨਾਂ ਨੇ ਸਾਰਾ ਕੁਝ ਸਿਆਸਤ ਪਹਿਲਾਂ ਵੀ ਕੀਤੀ ਹੈ ਅਤੇ ਸਿਆਸਤ ਹੁਣ ਵੀ ਕਰਨਗੇ। ਜੇ ਕਿਸੇ ਨੇ ਇਨਸਾਫ ਕਰਨਾ ਹੁੰਦਾ ਤਾਂ 4.5 ਸਾਲ ਦੀ ਸਰਕਾਰ ਚੱਲਦੀ ਆ ਰਹੀ ਹੈ ਜਿਹੜੇ ਕਹਿੰਦੇ ਸੀ 1 ਮਹੀਨੇ ਦੇ ਵਿੱਚ ਅਸੀਂ ਸਭ ਕੁਝ ਕਰਾਂਗੇ, ਸੱਚ ਕੱਢਾਂਗੇ। ਸੱਚ ਕੱਢਦਿਆਂ ਕੱਢਦਿਆਂ ਇਹਨਾਂ ਨੇ ਪੂਰੇ 4 ਸਾਲ ਦੇ ਵਿੱਚ ਪੋਲੀਟੀਕਲੀ ਮੋਟੀਵੇਟਡ ਇੱਕ ਸਿੱਟ ਜੋ ਤਿਆਰ ਕੀਤੀ ਸੀ, ਉਸ ਸਿੱਟ ਨੇ ਜੋ ਰਿਜ਼ਲਟ ਦਿੱਤਾ ਸੀ ਹਾਈ ਕੋਰਟ ਨੇ ਚੱਕ ਕੇ ਬਾਹਰ ਮਾਰੀ ਸੀ ਕਿ ਇਹ ਸਾਰਾ ਕੁਝ ਪੋਲੀਟੀਸਾਈਜ਼ ਕੀਤਾ ਹੋਇਆ, ਇਹਦੇ ਵਿੱਚ ਦੋਸ਼ੀ ਨਹੀਂ ਲੱਭੇ ਗਏ, ਕੇਵਲ ਸਿਆਸੀ ਪਾਰਟੀਆਂ ਦੇ ਉੱਤੇ ਸਾਰਾ ਆਪਣਾ ਘੁਮਾ ਕੇ ਅਤੇ ਗਲਤ ਰਿਪੋਰਟ ਜਿਹੜੀ ਪੇਸ਼ ਕੀਤੀ ਗਈ ਹੈ। ਔਰ ਉਹ ਸਿਆਸਤ ਉਦੋਂ ਵੀ ਦਿਸ ਪਈ ਸੀ ਜਦੋਂ ਗੋਬਰ ਵਿਜੇ ਪ੍ਰਤਾਪ ਸਿੰਘ ਜੀ ਜਿਹਨੇ ਕੀਤਾ ਸੀ ਉਹ ਦੂਜੀ ਪਾਰਟੀ ਜਾ ਕੇ ਸ਼ਾਮਿਲ ਹੋਇਆ ਸੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਲੋਕਾਂ ਦੇ ਅੱਥਰੂ ਪੂੰਝ ਰਹੇ ਹੈ, ਲੋਕਾਂ ਨੂੰ ਸਿਰਫ ਝੂਠੇ ਲਾਰੇ ਜੋ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕੀਤੇ ਸੀ, ਉੱਥੇ ਕੈਪਟਨ ਸਾਹਿਬ ਨੇ ਐਡੇ ਵੱਡੇ ਲਾਰੇ ਲਾਏ ਸੀਗੇ ਸਹੁੰ ਖਾ ਕੇ, ਉਹ ਨਹੀਂ ਪੂਰੇ ਕਰ ਸਕਿਆ, ਨਾਕਾਮ ਹੋਣ ਕਰਕੇ ਅੱਜ ਕੈਪਟਨ ਸਾਹਿਬ ਨੂੰ ਪਾਸੇ ਕੀਤਾ। ਉਹਨਾਂ ਦੇ ਨਾਲ ਦੇ ਸਾਥੀ MLA ਅਤੇ ਜਿਹੜੇ ਉੱਤਰੇ ਮੰਤਰੀ ਹੈ ਉਹੀ ਦੱਸ ਰਹੇ ਆ ਵੀ ਇਹ ਮੰਤਰੀ ਦੇ ਉੱਤੇ ਕਿਹੜਾ ਘੁਟਾਲਾ, ਇਹਦੇ ਉੱਤੇ ਬੀਜਾਂ ਦਾ ਘੁਟਾਲਾ, ਇਹਦੇ ਉੱਤੇ ਮਾਈਨਿੰਗ ਦਾ ਘੁਟਾਲਾ, ਇਹਦੇ ਉੱਤੇ ਰਾਸ਼ਨ ਦਾ ਘੁਟਾਲਾ, ਜਿੰਨੇ ਵੀ ਮੰਤਰੀ ਵਿੱਚ ਆਏ ਹੈ ਉਹਨਾਂ ਦੇ ਉੱਤੇ ਕਿਸੇ ਦਾ ਸ਼ਰਾਬ ਦੇ ਘੁਟਾਲੇ, ਕਿਸੇ ਦੇ ਮਾਈਨਿੰਗ ਦੇ ਘੁਟਾਲੇ, ਕਿਸੇ ਦੇ ਉੱਤੇ ਅਨਾਜ ਦਾ ਘੁਟਾਲਾ, ਕਿਸੇ ਦੇ ਬੀਜਾਂ ਦਾ ਘੁਟਾਲਾ, ਕਿਸੇ ਉੱਤੇ ਹੈਲਥ ਪੱਖ ਤੋਂ ਜਿਹੜੀਆਂ ਗੱਲਾਂ ਕੀਤੀਆਂ ਜਾਂਦੀਆਂ ਸੀ, ਸਾਰੇ ਘੁਟਾਲੇ ਪਹਿਲਾਂ ਉਹੀ ਚਿਹਰੇ ਨੇ ਉਹੀ ਮੰਤਰੀ ਨੇ ਸਿਰਫ ਕੈਪਟਨ ਸਾਹਿਬ ਨੂੰ ਪਾਸੇ ਕਰਕੇ, ਅਤੇ ਹੁਣ ਕੋਈ ਦੁੱਧ ਨਾਲ ਧੋਤਾ ਨਹੀਂ ਜਾਣਾ ਸਟਾਫ, ਦੁੱਧ ਨਾਲ ਨਹੀਂ ਧੋਤੇ ਜਾਣੇ ਮੰਤਰੀ, ਮੰਤਰੀ ਉਹੀ ਰਹਿਣੇ ਹੈ। ਪਰ ਦੁੱਖ ਹੈ ਕਿ ਇਹਨਾਂ ਦੇ ਘਾਟੋ ਕਲੇਸ਼ ਕਰਕੇ ਅੱਜ ਪੰਜਾਬ ਦੇ ਲੋਕਾਂ ਦਾ ਵੱਡਾ ਨੁਕਸਾਨ ਹੋ ਰਿਹਾ। ਇਹਨਾਂ ਨੂੰ ਆਪਣੀਆਂ ਕੁਰਸੀਆਂ ਦੀ ਪਈ ਹੈ, ਇਹਨਾਂ ਨੂੰ ਕੋਈ ਪੰਜਾਬ ਨਾਲ ਦਰਦ ਨਹੀਂ, ਜੋ ਡਿਵੈਲਪਮੈਂਟ ਉੱਥੇ ਰੁਕੀ ਪਈ ਹੈ, ਲਾਅ ਐਂਡ ਆਰਡਰ ਫੇਲ ਹੋਇਆ ਪਿਆ, ਲੋਕਾਂ ਨੂੰ ਕੋਈ ਨੌਕਰੀ ਨਹੀਂ, ਜਿਹੜੀ ਕਹਿੰਦੇ ਘਰ ਘਰ ਨੌਕਰੀ ਦਿਆਂਗੇ, ਕੋਈ ਕਰਜ਼ੇ ਨਹੀਂ ਮਾਫ਼ ਕੀਤੇ ਗਏ, ਕਈ ਲੋਕਾਂ ਦੀਆਂ ਸਹੂਲਤਾਂ ਸਰ ਨਹੀਂ ਦਿੱਤੀਆਂ ਗਈਆਂ, ਸਗੋਂ ਵਾਧੂ ਜਿਹੜਾ ਸੀਗਾ ਅੱਜ ਇਹਨਾਂ ਨੇ ਕਿਸਾਨਾਂ ਦਾ ਜਿਹੜਾ ਨੁਕਸਾਨ ਕਰਾਇਆ ਸੀਗਾ, ਜੋ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਕਿਸਾਨਾਂ ਦੇ ਕਰਜ਼ੇ ਮਾਫ਼ ਕਰਾਂਗੇ, ਉਹ ਨਹੀਂ ਕੀਤੇ, ਇੰਨੀਆਂ ਖੁਦਕੁਸ਼ੀਆਂ ਹੋਈਆਂ। ਸਗੋਂ ਕਿ ਜਿਹੜਾ ਤਿੰਨ ਕਾਲੇ ਕਾਨੂੰਨ ਮੋਦੀ ਸਾਹਿਬ ਨੇ ਪਾਸ ਕੀਤੇ ਆ, ਇਹਨਾਂ ਨੇ 14 ਅਗਸਤ 2017 ਨੂੰ ਹੀ ਪਾਸ ਕਰ ਦਿੱਤੇ ਗਏ ਸੀ, ਕਿਉਂਕਿ ਇਹਨਾਂ ਨੇ ਚੋਣ ਮੈਨੀਫੈਸਟੋ ਵਿੱਚ ਦਿੱਤਾ ਹੋਇਆ ਸੀ, ਮੈਂਬਰ ਪਾਰਲੀਮੈਂਟ ਦੀ ਜੋ ਚੋਣ ਸੀ ਪਾਰਲੀਮੈਂਟ ਦੀ ਉਦੋਂ ਹੀ ਦਿੱਤਾ ਹੋਇਆ ਸੀਗਾ। ਦੋਨਾਂ ਚੋਣਾਂ ਦੇ ਵਿੱਚ ਇਹਨਾਂ ਨੇ ਇਹ ਦੋਨੇ ਤਿੰਨੇ ਕਾਨੂੰਨ ਜਿਹੜੇ ਸੀ ਉਹ ਲਾਗੂ ਕਰਨ ਵਾਸਤੇ ਚੋਣ ਮੈਨੀਫੈਸਟੋ ਵਿੱਚ ਦਿੱਤੇ ਹੋਏ ਆ। ਸੋ ਕਿਸੇ ਨੂੰ ਕੀ ਕਹੀਏ, ਮੁੱਖ ਮੰਤਰੀ ਜੀ ਆਪ ਉਸ ਕਮੇਟੀ ਦੇ ਮੈਂਬਰ ਸੀਗੇ ਕੈਪਟਨ ਅਮਰਿੰਦਰ ਸਿੰਘ ਜਦੋਂ ਕਿ ਪਾਸ ਕੀਤਾ ਗਿਆ, ਔਰ ਮਨਪ੍ਰੀਤ ਸਿੰਘ ਬਾਦਲ ਜਿਹੜੇ ਸੀ ਉਹ ਵਿੱਚ ਸਨ ਜਿਹਨਾਂ ਨੇ ਪਾਸ ਕਰਾਇਆ। ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਇਹ ਸਾਰਾ ਕੁਝ ਦੇਖਿਆ, ਕੁਰਸੀ ਵੀ ਛੱਡੀ, ਪਾਰਟੀ ਵੀ ਛੱਡੀ, ਔਰ ਵਿਰੋਧ ਵੀ ਕੀਤਾ ਅਤੇ ਲੜਾਈ ਵੀ ਲੜੀ ਹੈ, ਮੈਂ ਸਮਝਦੀ ਹਾਂ ਕਿ ਇਹ ਸਭ ਝੂਠੀਆਂ ਗੱਲਾਂ ਕਰਦੇ। ਅੱਜ ਸੂਤਰੋਂ ਜਾਣਕਾਰੀ ਮਿਲੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਜਾ ਰਹੇ, ਸ਼ਾਮ ਨੂੰ ਅਮਿਤ ਸ਼ਾਹ ਨਾਲ ਮੀਟਿੰਗ ਹੈ, ਪੰਜਾਬ ਦੀ ਸਿਆਸਤ 'ਚ ਇੱਕ ਵੱਡਾ ਧਮਾਕਾ ਹੋ ਸਕਦਾ। ਬੜਾ ਕੁਝ ਕਰਨਗੇ ਜੀ, ਕਿਉਂਕਿ ਪੰਜਾਬ ਦੇ ਵਿੱਚ ਸਾਨੂੰ ਪਹਿਲਾਂ ਹੀ ਲੱਗ ਰਿਹਾ ਕਿ ਇਹ ਐਸੇ ਢੰਗ ਕਰਨਗੇ ਕਿ ਪੰਜਾਬ ਦੀ ਕੋਈ ਇਲੈਕਸ਼ਨ ਨਾ ਹੋ ਸਕੇ।